ਪੰਜਾਬ ਦੇ ਲੁਧਿਆਣਾ 'ਚ ਨੂਰ ਮਹਿਲ ਡੇਰਾ ਦੇ ਮੁਖੀ ਅਤੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਦੇ ਸੰਤ ਆਸ਼ੂਤੋਸ਼ ਮਹਾਰਾਜ ਨੂੰ ਡਾਕਟਰਾਂ ਨੇ 5 ਸਾਲ ਪਹਿਲਾਂ ਕਲੀਨਿਕਲੀ ਡੈੱਡ ਐਲਾਨ ਕਰ ਦਿੱਤਾ ਸੀ। ਪਰ ਹਾਲੇ ਵੀ ਉਹਨਾਂ ਦੇ ਭਗਤਾਂ ਨੇ ਉਹਨਾਂ ਨੂੰ -22 ਡਿਗਰੀ ਸੈਲਸੀਅਸ ਦੇ ਤਾਪਮਾਨ 'ਤੇ ਫ੍ਰੀਜ਼ਰ ਵਿੱਚ ਰੱਖਿਆ ਹੋਇਆ। 28 ਜਨਵਰੀ 2014 ਨੂੰ ਜਦੋਂ ਆਸ਼ੂਤੋਸ਼ ਮਹਾਰਾਜ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਹੋਈ ਸੀ ਤਾਂ ਲੁਧਿਆਣਾ ਦੇ ਸਤਿਗੁਰੂ ਅਪੋਲੋ ਹਸਪਤਾਲ ਤੋਂ ਐਂਬੂਲੈਂਸ ਬੁਲਾਈ ਗਈ। ਡਾਕਟਰਾਂ ਨੇ ਜਦੋਂ ਉਹਨਾਂ ਦਾ ਨਿਰੀਖਣ ਕੀਤਾ ਤਾਂ ਉਹਨਾਂ ਨੂੰ ਕਲੀਨਿਕਲੀ ਡੈੱਡ ਘੋਸ਼ਿਤ ਕੀਤਾ ਸੀ। ਪਰ ਅੱਜ ਵੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਫ੍ਰੀਜ਼ਰ ਵਿੱਚ ਰੱਖਿਆ ਗਿਆ ਅਤੇ ਉਸ ਕਮਰੇ ਵਿੱਚ 20 ਭਗਤ 24 ਘੰਟੇ ਸੁਰੱਖਿਆ 'ਚ ਖੜ੍ਹੇ ਰਹਿੰਦੇ ਨੇ। ਇੱਥੋਂ ਤੱਕ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ 3 ਡਾਕਟਰਾਂ ਦਾ ਪੈਨਲ ਹਰ 6 ਮਹੀਨੇ 'ਚ ਆਸ਼ੂਤੋਸ਼ ਮਹਾਰਾਜ ਦੀ ਮ੍ਰਿਤਕ ਦੇਹ ਦਾ ਚੈੱਕਅਪ ਕਰਦਾ ਹੈ ਕਿ ਕਿਤੇ ਮ੍ਰਿਤਕ ਦੇਹ ਖਰਾਬ ਤਾਂ ਨਹੀਂ ਹੋ ਰਹੀ। ਡਾਕਟਰਾਂ ਦੇ ਇਸ ਪੈਨਲ ਨੇ ਹਾਲੇ ਵਿੱਚ ਦਸੰਬਰ 2018 'ਚ ਵੀ ਨਿਰੀਖਣ ਕੀਤਾ ਸੀ। ਉੱਥੇ ਹੀ ਸੰਸਥਾਨ ਨੇ ਵੀ ਆਪਣੇ ਪੱਧਰ 'ਤੇ ਡਾਕਟਰਾਂ ਦੀ ਟੀਮ ਬਣਾਈ ਹੈ ਜਿਸ ਵਿੱਚ ਦਿੱਲੀ ਦੇ ਕੁਝ ਮਾਹਰਾਂ ਨੂੰ ਸ਼ਾਮਲ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਇਹ ਟੀਮ 4 ਰਾਤਾਂ ਤੋਂ ਆਸ਼ੂਤੋਸ਼ ਮਹਾਰਾਜ ਦੀ ਮ੍ਰਿਤਕ ਦੇਹ ਦਾ ਚੈੱਕਅਪ ਕਰਦੀ ਹੈ। ਹੁਣ ਤੱਕ ਕੀ ਹੋਇਆ। 29 ਜਨਵਰੀ 2014 ਨੂੰ ਆਸ਼ੂਤੋਸ਼ ਮਹਾਰਾਜ ਨੂੰ ਕਲੀਨਿਕਲੀ ਡੈੱਡ ਐਲਾਨਿਆ ਗਿਆ। 30 ਜਨਵਰੀ 2014 ਨੂੰ ਡੇਰੇ ਵੱਲੋਂ ਦਾਅਵਾ ਕੀਤਾ ਗਿਆ ਕਿ ਉਹ ਸਮਾਧੀ 'ਚ ਨੇ ਅਤੇ ਡੇਰੇ ਦੀ ਸੁਰੱਖਿਆ ਵਧਾ ਦਿੱਤੀ ਗਈ। 31 ਜਨਵਰੀ 2014 ਨੂੰ ਡੇਰੇ ਵੱਲੋਂ ਦਾਅਵਾ ਕੀਤਾ ਗਿਆ ਕਿ ਮ੍ਰਿਤਕ ਦੇਹ ਠੀਕ ਹੈ ਅਤੇ ਖਰਾਬ ਨਹੀਂ ਹੋ ਰਹੀ। ਅਪ੍ਰੈਲ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਇੱਕ ਪਟੀਸ਼ਨ ਪਾਈ ਗਈ। ਬਿਹਾਰ ਦੇ ਰਹਿਣ ਵਾਲੇ ਦਲੀਪ ਕੁਮਾਰ ਝਾ ਨੇ ਆਸ਼ੂਤੋਸ਼ ਮਹਾਰਾਜ ਦੇ ਪੁੱਤਰ ਹੋਣ ਦਾ ਦਾਅਵਾ ਕੀਤਾ। ਦਲੀਪ ਨੇ ਕੋਰਟ ਤੋਂ ਉਹਨਾਂ ਦੇ ਅੰਤਿਮ ਸੰਸਕਾਰ ਕਰਨ ਦੀ ਇਜਾਜ਼ਤ ਮੰਗੀ। 1 ਦਸੰਬਰ ਨੂੰ ਸਿੰਗਲ ਜੱਜ ਬੈਂਚ ਨੇ ਸੂਬਾ ਸਰਕਾਰ ਨੂੰ 15 ਦਿਨਾਂ ਅੰਦਰ ਅੰਤਿਮ ਸੰਸਕਾਰ ਕਰਨ ਨੂੰ ਕਿਹਾ ਅਤੇ ਡਿਵੀਜ਼ਨ ਬੈਂਚ ਨੇ ਇਸ ਫੈਸਲੇ 'ਤੇ ਰੋਕ ਲਗਾ ਦਿੱਤੀ। ਜੁਲਾਈ 5, 2017 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਮ੍ਰਿਤਕ ਦੇਹ ਨੂੰ ਸੁਰੱਖਿਅਤ ਰੱਖਣ ਦੀ ਇਜਾਜ਼ਤ ਦਿੱਤੀ। ਕੌਣ ਹੈ ਆਸ਼ੂਤੋਸ਼ ਮਹਾਰਾਜ? ਆਸ਼ੂਤੋਸ਼ ਮਹਾਰਾਜ ਦਾ ਅਸਲੀ ਨਾਮ ਮਹੇਸ਼ ਝਾ ਹੈ। ਇਹਨਾਂ ਦਾ ਜਨਮ ਸਾਲ 1946 ਵਿੱਚ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਨਖਲੋਰ 'ਚ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਵਿਆਹ ਦੇ 18 ਮਹੀਨਿਆਂ ਬਾਅਦ ਇਹਨਾਂ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਛੱਡ ਕੇ ਸਤਪਾਲ ਮਹਾਰਾਜ ਤੋਂ ਦੀਕਸ਼ਾ ਲੈ ਲਈ ਸੀ। 1983 'ਚ ਆਸ਼ੂਤੋਸ਼ ਮਹਾਰਾਜ ਨੇ ਆਪਣਾ ਇੱਕ ਵੱਖਰਾ ਆਸ਼ਰਮ ਸ਼ੁਰੂ ਕਰ ਦਿੱਤਾ ਸੀ। ਨੂਰਮਹਿਲ ਸਿਟੀ 'ਚ 16 ਮਰਲਾ ਹਾਊਸ ਖਰੀਦਣ ਤੋਂ ਪਹਿਲਾਂ ਆਸ਼ੂਤੋਸ਼ ਮਹਾਰਾਜ ਪਿੰਡਾਂ 'ਚ ਜਾ ਕੇ ਸਤਸੰਗ ਕਰਦੇ ਸਨ। ਅੱਜ ਉਹਨਾਂ ਦਾ ਆਸ਼ਰਮ ਜਲੰਧਰ 'ਚ ਕਰੀਬ 40 ਏਕੜ ਤੋਂ ਵੀ ਜ਼ਿਆਦਾ ਜ਼ਮੀਨ 'ਤੇ ਫੈਲਿਆ ਹੋਇਆ ਅਤੇ ਦੇਸ਼ ਭਰ 'ਚ ਉਹਨਾਂ ਦੇ 100 ਕੇਂਦਰ ਮੌਜੂਦ ਨੇ। ਉਹਨਾਂ ਨੇ ਦਿਵਿਆ ਜੋਤੀ ਜਾਗਰਣ ਸਮਿਤੀ ਦੀ ਸਥਾਪਨਾ ਸਾਲ 1991 ਵਿੱਚ ਕੀਤੀ ਅਤੇ ਇਸਦਾ ਮੁੱਖ ਦਫ਼ਤਰ ਦਿੱਲੀ 'ਚ ਬਣਾਇਆ ਗਿਆ ਸੀ। ਕਿਹਾ ਤਾਂ ਇਹ ਵੀ ਜਾਂਦਾ ਕਿ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਇਸ ਲਈ ਨਹੀਂ ਕੀਤਾ ਜਾ ਰਿਹਾ ਕਿਉਂਕਿ ਹਾਲੇ ਤੱਕ ਉਹਨਾਂ ਦਾ ਕੋਈ ਵੀ ਉੱਤਰ ਅਧਿਕਾਰੀ ਨਹੀਂ ਮਿਲ ਸਕਿਆ ਅਤੇ ਨਾਲ ਹੀ ਇਹ ਮਾਮਲਾ ਕਰੀਬ 1000 ਕਰੋੜ ਤੋਂ ਵੀ ਵੱਧ ਦੀ ਜਾਇਦਾਦ ਦਾ ਹੈ। ਪਰ ਹੁਣ 5 ਸਾਲ ਤੋਂ ਫ੍ਰੀਜ਼ਰ 'ਚ ਬੰਦ ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਕਿੰਨੀ ਲੰਮੀ ਚੱਲੇਗੀ ਇਹ ਕੋਈ ਨਹੀਂ ਜਾਣਦਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।